ਖੇਤੀ ਸੰਬੰਧੀ 3 ਨਵੇਂ ਕੇਂਦਰੀ ਕਾਨੂੰਨ ਆਉਣ ਤੋਂ ਬਾਅਦ MSP, APMC ਤੇ ਕੰਟਰੈਕਟ ਫਾਰਮਿੰਗ ਤੋਂ ਇਲਾਵਾ ਇੱਕ ਚਰਚਾ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਦੇ ਖਦਸ਼ੇ ਨੂੰ ਲੈ ਕੇ ਵੀ ਹੋ ਰਹੀ ਹੈ। ਇਹ ਖਦਸ਼ਾ ਅਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਬਿੱਲ 2020 ਦੇ ਹਵਾਲੇ ਨਾਲ ਜਤਾਇਆ ਜਾ ਰਿਹਾ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਕੁਝ ਖੇਤੀ ਉਤਪਾਦਾਂ ਦੀ ਕੀਮਤ ਬਹੁਤ ਜ਼ਿਆਦਾ ਵੱਧ ਸਕਦੀ ਹੈ। ਸਭ ਤੋਂ ਪਹਿਲਾਂ ਇਹ ਸਮਝ ਲੈਂਦੇ ਹਾਂ ਕਿ ਅਸੈਂਸ਼ੀਅਲ ਕਮੋਡਿਟੀ ਐਕਟ ਹੈ ਕੀ। ਅਸੈਂਸ਼ੀਅਲ ਕਮੋਡਿਟੀ ਐਕਟ ਭਾਰਤ ਵਿੱਚ 1955 'ਚ ਸਭ ਤੋਂ ਪਹਿਲਾਂ ਲਾਗੂ ਕੀਤਾ ਗਿਆ ਸੀ। ਖੇਤੀ ਅਤੇ ਆਰਥਿਕ ਮਾਮਲਿਆਂ ਦੇ ਮਾਹਰ ਰਣਜੀਤ ਸਿੰਘ ਘੁੰਮਣ ਦੱਸਦੇ ਨੇ ਕਿ ਜੀਵਨ ਜਿਉਣ ਲਈ ਜ਼ਰੂਰੀ ਪਰਿਭਾਸ਼ਿਤ ਕੀਤੀਆਂ ਗਈਆਂ ਚੀਜ਼ਾਂ 'ਤੇ ਇਹ ਐਕਟ ਲਾਗੂ ਕੀਤਾ ਗਿਆ ਸੀ। ਇਹਨਾਂ ਚੀਜ਼ਾਂ ਦੇ ਵਿੱਚ ਫਲ, ਸਬਜ਼ੀਆਂ, ਅਨਾਜ, ਦਾਲਾਂ, ਖਾਣ ਵਾਲੇ ਤੇਲ ਵਗੈਰਾ ਆਉਂਦੇ ਨੇ। ਯਾਨੀ ਕਿ ਜ਼ਿਆਦਾਤਰ ਇਹਦੇ ਵਿੱਚ ਖੇਤੀ ਅਤੇ ਬਾਗਬਾਨੀ ਉਤਪਾਦ ਹੀ ਆਉਂਦੇ ਨੇ। ਇਹ ਐਕਟ ਇਸ ਲਈ ਲਾਗੂ ਕੀਤਾ ਗਿਆ ਸੀ ਤਾਂ ਕਿ ਕੁਝ ਲੋਕ ਇਹਨਾਂ ਵਸਤੂਆਂ ਦਾ ਨਜਾਇਜ਼ ਤੌਰ 'ਤੇ ਭੰਡਾਰਨ ਕਰਕੇ, ਜਮ੍ਹਾਂਖੋਰੀ ਕਰਕੇ ਕਾਲਾਬਾਜ਼ਾਰੀ ਨਾ ਕਰਨ ਅਤੇ ਗਾਹਕਾਂ ਨੂੰ ਮਿਲਣ ਵਾਲੀ ਕੀਮਤ ਵਿੱਚ ਬਹੁਤ ਜ਼ਿਆਦਾ ਉਛਾਲ ਨਾ ਆਵੇ। ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਨੇ ਇਸ ਐਕਟ ਦੇ ਵਿੱਚ ਸੋਧ ਕੀਤੀ ਹੈ ਅਤੇ ਅਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਐਕਟ 2020 ਪਾਸ ਕੀਤਾ ਗਿਆ। ਨਵੇਂ ਕਾਨੂੰਨ ਮੁਤਾਬਕ ਸਰਕਾਰ ਉਦੋਂ ਹੀ ਇਹਨਾਂ ਵਸਤੂਆਂ ਦੇ ਭੰਡਾਰਨ ਨੂੰ ਰੈਗੂਲੇਟ ਕਰ ਸਕੇਗੀ ਜੇ ਫਲ ਅਤੇ ਸਬਜ਼ੀਆਂ ਦੀ ਕੀਮਤ 100% ਤੱਕ ਵੱਧ ਜਾਵੇ ਅਤੇ ਨੋਨ ਪੈਰਿਸ਼ੇਬਲ ਉਤਪਾਦਾਂ ਦੀ ਕੀਮਤ 50% ਵੱਧ ਜਾਵੇ। ਕੀਮਤ ਦਾ ਵਾਧਾ ਮਾਪਣ ਲਈ ਰੈਫਰੈਂਸ ਕੀਮਤ ਪਿਛਲੇ 12 ਮਹੀਨਿਆਂ ਦੀ ਕੀਮਤ ਜਾਂ ਫਿਰ ਪਿਛਲੇ 5 ਸਾਲਾਂ ਦੀ ਕੀਮਤ ਦਾ ਔਸਤ, ਦੋਹਾਂ 'ਚੋਂ ਜੋ ਵੀ ਘੱਟ ਹੋਵੇ ਉਹ ਮੰਨੀ ਜਾਏਗੀ। ਕੀਮਤ ਵਾਧੇ ਦੀਆਂ ਸ਼ਰਤਾਂ ਤੋਂ ਇਲਾਵਾ ਸੋਧੇ ਹੋਏ ਇਸ ਕਾਨੂੰਨ ਮੁਤਾਬਕ ਸਰਕਾਰ ਸਿਰਫ ਜੰਗ, ਅਕਾਲ, ਕੁਦਰਤੀ ਆਫ਼ਤ ਦੀ ਸਥਿਤੀ ਵਿੱਚ ਹੀ ਇਹਨਾਂ ਪ੍ਰਭਾਸ਼ਿਤ ਜ਼ਰੂਰੀ ਵਸਤੂਆਂ ਨੂੰ ਰੈਗੂਲੇਟ ਕਰ ਸਕਦੀ ਹੈ। ਰਣਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਹਨਾਂ ਜ਼ਰੂਰੀ ਵਸਤਾਂ ਦੇ ਭੰਡਾਰਨ 'ਚ ਦਿੱਤੀ ਗਈ ਖੁੱਲ੍ਹ ਇਹਨਾਂ ਵਸਤੂਆਂ ਦੀਆਂ ਗਾਹਕਾਂ ਨੂੰ ਮਿਲਣ ਵਾਲੀਆਂ ਕੀਮਤਾਂ ਅਤੇ ਕਿਸਾਨ ਤੋਂ ਖਰੀਦੀ ਕੀਮਤ ਤੋਂ ਕਾਫ਼ੀ ਵੱਧ ਸਕਦੀਆਂ ਨੇ। ਅਤੇ ਅਲਟੀਮੇਟਲੀ ਕਿਸਾਨ ਨਾਲੋਂ ਵੀ ਜ਼ਿਆਦਾ ਨੁਕਸਾਨਦੇਹ ਹੈ ਉਹ ਐਂਡ ਕੰਜ਼ਿਊਮਰ ਹੈ। ਜੇ 15-20 ਦਿਨ ਪਹਿਲਾਂ ਪਿਆਜ਼ 30 ਰੁਪਏ ਮਿਲਦੇ ਸੀਗੇ ਤਾਂ ਅੱਜ ਇੱਕਦਮ 80 ਰੁਪਏ ਕਿਉਂ ਹੋ ਗਏ? ਇਹ ਸਿੰਪਲ ਲਾਅ ਆਫ ਡਿਮਾਂਡ ਐਂਡ ਸਪਲਾਈ ਨਹੀਂ ਹੈ, ਇਸ ਇੱਕ ਆਰਟੀਫਿਸ਼ੀਅਲ ਸਕੇਰਸਿਟੀ ਕ੍ਰੀਏਟ ਕਰਕੇ ਅਤੇ ਸਟੋਰੇਜ ਕਰਕੇ ਜਿਹੜਾ ਉਹ ਉਹਦਾ ਨਤੀਜਾ ਹੈ। ਔਰ ਜੇ ਇਹ ਅਸੈਂਸ਼ੀਅਲ ਕਮੋਡਿਟੀ ਐਕਟ ਲਾਗੂ, ਅਮੈਂਡਮੈਂਟ ਐਕਟ ਲਾਗੂ ਹੁੰਦਾ ਤਾਂ ਤੁਸੀਂ ਸਮਝੋ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਜਿਹੜੀ ਹੈ ਉਹ ਤਾਂ ਵੇਖਦੀ ਰਹੇਗੀ ਕਿ ਮੈਂ ਜੇ 10 ਰੁਪਏ ਦੀ ਚੀਜ਼ ਕੋਈ ਖਰੀਦੀ ਹੈ ਜਿੰਨਾ ਚਿਰ ਤੱਕ ਉਹ 19.99 ਰੁਪਏ ਤੱਕ ਹੈ ਤਾਂ ਸਰਕਾਰ ਕੋਈ ਉਹਦੇ 'ਚ ਕੁਛ ਨਹੀਂ ਕਰ ਸਕਦੀ। ਕੇਂਦਰ ਵੱਲੋਂ ਕੀਤੀਆਂ ਗਈਆਂ ਇਹਨਾਂ ਸੋਧਾਂ ਦਾ ਪੰਜਾਬ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਵਿਰੋਧ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਹਾਲ ਹੀ 'ਚ ਨਵੇਂ ਬਿੱਲ ਪਾਸ ਕੀਤੇ ਗਏ ਨੇ ਤਾਂ ਜੋ ਕੇਂਦਰ ਵੱਲੋਂ ਲਿਆਂਦੇ ਗਏ ਇਹ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਨਾ ਹੋ ਸਕਣ। ਪੰਜਾਬ ਦੇ ਵੱਲੋਂ ਪਾਸ ਕੀਤੇ ਗਏ ਇਹਨਾਂ ਬਿੱਲਾਂ ਦੇ ਵਿੱਚ ਅਸੈਂਸ਼ੀਅਲ ਕਮੋਡਿਟੀ ਸੰਬੰਧੀ ਵੀ ਬਿੱਲ ਪਾਸ ਕੀਤਾ ਗਿਆ। ਹਾਲਾਂਕਿ ਇਹ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਲਾਗੂ ਨਹੀਂ ਹੋ ਸਕਦੇ। ਰਣਜੀਤ ਸਿੰਘ ਘੁੰਮਣ ਦੱਸਦੇ ਨੇ ਕਿ ਸੂਬਾ ਸਰਕਾਰ ਦੇ ਬਿੱਲ ਵਿੱਚ ਇਹ ਤਜਵੀਜ਼ ਰੱਖੀ ਗਈ ਹੈ ਕਿ ਖਾਸ ਤਰ੍ਹਾਂ ਦੀਆਂ ਸਥਿਤੀਆਂ ਜਿਵੇਂ ਕਿ ਜੰਗ, ਅਕਾਲ, ਕੀਮਤਾਂ 'ਚ ਵਾਧਾ, ਕੁਦਰਤੀ ਆਫ਼ਤ ਅਤੇ ਹੋਰ ਕੋਈ ਸਥਿਤੀ ਜਦੋਂ ਵੀ ਸੂਬਾ ਸਰਕਾਰ ਨੂੰ ਜਾਪੇ ਤਾਂ ਉਹ ਇਹਨਾਂ ਵਸਤੂਆਂ ਦੇ ਉਤਪਾਦਨ, ਸਪਲਾਈ, ਵੰਡ ਅਤੇ ਭੰਡਾਰਨ ਵਗੈਰਾ ਨੂੰ ਰੈਗੂਲੇਟ ਕਰ ਸਕਦੀ ਹੈ। ਕੇਂਦਰੀ ਕਾਨੂੰਨ ਵਿੱਚ ਖਾਸ ਸਥਿਤੀਆਂ 'ਚ ਰੈਗੂਲੇਸ਼ਨ ਦਾ ਅਧਿਕਾਰ ਸਿਰਫ ਕੇਂਦਰ ਸਰਕਾਰ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਸੂਬੇ ਦੇ ਐਕਟ ਵਿੱਚ ਇਹ ਕਿਹਾ ਗਿਆ ਕਿ 4 ਜੂਨ 2020 ਤੋਂ ਪਹਿਲਾਂ ਜੋ ਕਾਨੂੰਨ ਲਾਗੂ ਸੀ ਉਹੀ ਰਹੇਗਾ। ਅੱਗੇ ਐਕਟ 'ਚ ਕਿਹਾ ਗਿਆ ਕਿ ਇਸ ਸੰਬੰਧੀ ਪੰਜਾਬ ਸਰਕਾਰ ਜੋ ਹਦਾਇਤਾਂ ਦੇਵੇਗੀ ਉਹੀ ਹਦਾਇਤਾਂ ਅਥਾਰਟੀਜ਼ ਨੂੰ ਮੰਨਣੀਆਂ ਪੈਣਗੀਆਂ ਅਤੇ ਕੇਂਦਰ ਦੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਏਗੀ। ਆਉਣ ਵਾਲੇ ਸਮੇਂ 'ਚ ਕੇਂਦਰ ਵੱਲੋਂ ਲਿਆਂਦੇ ਨਵੇਂ ਕਾਨੂੰਨ ਹੀ ਲਾਗੂ ਹੁੰਦੇ ਨੇ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਪਾਸ ਇਹ ਬਿੱਲ ਕੇਂਦਰ ਦੇ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕ ਲੈਂਦੇ ਨੇ। ਇਸ ਦੇ ਵਿੱਚ ਕਾਫ਼ੀ ਕਾਨੂੰਨੀ ਪੇਚੀਦਗੀਆਂ ਨੇ।
ਖੇਤੀ ਤੇ ਆਰਥਿਕ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਘੁੰਮਣ ਤੋਂ ਅਸੀਂ ਇਹ ਵੀ ਪੁੱਛਿਆ ਕਿ ਪੰਜਾਬ 'ਚ ਇਸ ਵੇਲੇ ਲੋੜੀਂਦੀ ਤੋਂ ਵੱਧ ਸਟੋਰੇਜ ਕੈਪੈਸਿਟੀ ਹੈ ਜਿੱਥੇ ਨਜਾਇਜ਼ ਭੰਡਾਰਨ ਕਰਕੇ ਵਸਤਾਂ ਦੀ ਕੀਮਤ ਵਧਾਈ ਜਾ ਸਕੇ। ਪੰਜਾਬ ਦੀਆਂ ਦੋ ਮੁੱਖ ਫਸਲਾਂ ਨੇ, ਉਹਦੇ ਵਿੱਚ ਐਡ ਕਰ ਲਓ ਵੱਧ ਤੋਂ ਵੱਧ ਕਪਾਹ ਐਡ ਕਰ ਲਓ ਤੁਸੀਂ, ਕਣਕ ਤੇ ਝੋਨਾ ਹੀ ਆ, ਇਹ ਦੋ ਫਸਲਾਂ ਜਿਹੜੀਆਂ ਨੇ ਇਹ ਮੋਰ ਦੈਨ 90% ਸਾਰੀ ਜਿਹੜੀ ਇਹ ਸਰਕਾਰੀ ਖਰੀਦ ਹੁੰਦੀ ਰਹੀ ਹੈ। ਤੇ ਸਰਕਾਰੀ ਗੋਡਾਊਨਸ ਭਾਵੇਂ ਓਪਨ ਫੜ ਹੋਣ ਜਾਂ ਵੇਅਰ ਹਾਊਸ ਦੇ ਹੋਣ ਉਹ ਜਾਂ ਕਿਸੇ ਵੀ ਜਿਹੜੀ ਸਟੇਟ ਏਜੰਸੀ ਦੇ ਹੋਣ, ਉਹ ਉਹਦੇ 'ਚ ਸਟੋਰ ਕਰਦੇ ਰਹੇ ਨੇ। ਹੁਣ ਕਿਉਂਕਿ ਇਹਨਾਂ ਨਵੇਂ ਐਕਟਾਂ ਦੇ ਤਹਿਤ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਐਂਟਰੀ ਉਹਨਾਂ ਦੀ ਖੁੱਲ੍ਹ ਜਾਏਗੀ, ਤਾਂ ਉਹਦੇ ਵਿੱਚ ਸਾਈਲੋਸ ਜਿਹੜੇ ਨੇ ਉਹ ਬਣਾ ਸਕਦੇ ਨੇ। ਜਿਵੇਂ ਪਹਿਲਾਂ ਵੀ ਇੱਕ ਦੋ ਕੰਪਨੀਆਂ ਨੇ ਪੰਜਾਬ ਵਿੱਚ ਕੁਛ ਜ਼ਿਲ੍ਹਿਆਂ 'ਚ ਸਾਈਲੋਸ ਬਣਾਏ ਨੇ, ਮੋਗਾ ਇਜ਼ ਵਨ ਡਿਸਟ੍ਰਿਕਟ ਜਿੱਥੇ ਕੋਈ ਸਾਈਲੋਸ ਬਣੇ ਨੇ ਕੁਛ ਪ੍ਰਾਈਵੇਟ ਵੱਡੇ ਵੱਡੇ ਪਲੇਅਰਸ ਦੇ। ਇਹ ਐਕਟਾਂ ਦੇ ਲਾਗੂ ਹੋਣ ਤੋਂ ਬਾਅਦ ਉਹ ਹੋਰ ਸਟੋਰੇਜ ਕਪੈਸਿਟੀ ਵਧਾਉਣਗੇ। ਔਰ ਦੂਜਾ ਇਹ ਕਿ ਸਟੋਰੇਜ ਕਪੈਸਿਟੀ ਜ਼ਰੂਰੀ ਥੋੜ੍ਹਾ ਕਿ ਜੇ ਪੰਜਾਬ 'ਚੋਂ ਖਰੀਦਣਾ ਪੰਜਾਬ 'ਚ ਹੀ ਬਣਾਉਣੀ, ਉਹਨਾਂ ਨੇ ਕਿੱਧਰ ਵੀ ਬਣਾ ਸਕਦੇ ਨੇ, ਪੰਜਾਬ ਤੋਂ ਬਾਹਰ ਵੀ ਬਣਾ ਸਕਦੇ ਹੈ ਨਾ। ਸਟੋਰੇਜ ਕਪੈਸਿਟੀ ਨੀਡ ਬੇਸਡ ਬਣੇਗੀ। ਅੱਜ ਦੀ ਡੇਟ 'ਚ ਇਹ ਡੈਫੀਨੇਟਲੀ ਮੇਰੇ ਕੋਲ ਕੋਈ ਅੰਕੜੇ ਨਹੀਂ ਹਨ ਕਿ ਮੈਂ ਦੱਸ ਸਕਾਂ ਕਿ ਇੰਨੇ ਸਟੋਰੇਜ ਪ੍ਰਾਈਵੇਟ ਕੰਪਨੀਆਂ ਨੇ ਬਣਾਏ ਨੇ ਅਤੇ ਉਹਨਾਂ ਦੀ ਕਪੈਸਿਟੀ ਕੀ ਹੈ, ਪਰ ਆਉਣ ਵਾਲੇ ਸਮੇਂ 'ਚ ਜੇ ਐਕਟ ਲਾਗੂ ਹੁੰਦੇ ਨੇ ਤਾਂ ਜ਼ਰੂਰ ਸਟੋਰੇਜ ਕਪੈਸਿਟੀ ਵਧੇਗੀ ਪ੍ਰਾਈਵੇਟ। ਰਣਜੀਤ ਸਿੰਘ ਘੁੰਮਣ ਕਹਿੰਦੇ ਨੇ ਕਿ ਪੰਜਾਬ ਦੇ ਵਧੇਰੇ ਕਿਸਾਨਾਂ ਕੋਲ ਇਹ ਸਮਰੱਥਾ ਨਹੀਂ ਕਿ ਉਹ ਖੁਦ ਆਪਣੇ ਸਟੋਰੇਜ ਬਣਾ ਕੇ ਇਸਦਾ ਫਾਇਦਾ ਲੈ ਸਕਣ। ਰਣਜੀਤ ਸਿੰਘ ਘੁੰਮਣ ਮੁਤਾਬਕ ਜੇਕਰ ਕਿਸਾਨ ਕੋਆਪਰੇਟਿਵ ਬਣਾ ਕੇ ਖੁਦ ਹੀ ਪ੍ਰੋਸੈਸਿੰਗ ਕਰਨ ਤਾਂ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ, ਇਸ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਆਮਦਨ ਵੀ ਹੋਏਗੀ, ਪਰ ਇਸ ਦੇ ਵਿੱਚ ਵੀ ਸਰਕਾਰਾਂ ਦਾ ਸਹਿਯੋਗ ਲੋੜੀਂਦਾ ਹੋਏਗਾ।